ਸ਼ੰਭੂ ਮੋਰਚੇ ਉੱਤੇ ਬੈਠਿਆਂ ਕਿਸਾਨ ਜਥੇਬੰਦੀਆਂ ਨੂੰ ਦਲਿਤ ਆਗੂ ਜੋਗਿੰਦਰ ਪੰਛੀ ਨੇ ਕਿਹਾ ਕਿ ਸਾਨੂੰ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਔਖਾ ਹੋ ਰਿਹਾ ਹੈ, ਧਰਨੇ ਕਰਕੇ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਮੈਂ ਜੋਗਿੰਦਰ ਸਿੰਘ ਪੰਛੀ ਬੋਲਦਾ, 71 ਜਨਰਲ ਕੱਟ ਗਿਆ ਦਲ ਫਲਾਂ ਪੰਜਾਬ। ਮੈਂ ਬੇਨਤੀ ਕਰਦਾ ਦੱਲਾ ਸਾਹਿਬ ਨੂੰ ਤੇ ਪੰਧੇਰ ਸਾਹਿਬ ਨੂੰ, ਇਹ ਤੁਸੀਂ 3 ਮਹੀਨੇ ਤੋਂ ਉੱਪਰ 4 ਮਹੀਨੇ ਹੋ ਗਏ ਇੱਥੇ ਤੁਹਾਨੂੰ ਘੱਗਰ ਦੇ ਦਰਿਆ ਤੇ ਬੈਠਿਆਂ ਨੂੰ, ਗੱਲ ਸੁਣੋ। ਲੋਕ ਬਹੁਤ ਪਰੇਸ਼ਾਨ ਹੋ ਰਿਹਾ, 100 ਪਿੰਡ ਲੱਗਦਾ ਅੰਬਾਲੇ ਨੂੰ, ਸਾਰੀਆਂ ਰਿਸ਼ਤੇਦਾਰੀਆਂ ਸਾਡੀਆਂ ਅੰਬਾਲੇ ਵਾਲੇ ਪਾਸੇ ਆ ਸਾਰੇ, ਨਰਾਇਣਗੜ੍ਹ, ਅੰਬਾਲਾ, ਜਗਾਧਰੀ, ਸਹਾਰਨਪੁਰ, ਇਹ ਸਾਰੀਆਂ ਰਿਸ਼ਤੇਦਾਰੀਆਂ। ਸਾਨੂੰ ਨਿੱਤ ਕੋਈ ਨਾ ਕੋਈ ਖਬਰ ਆਉਂਦੀ, ਕੋਈ ਜੰਮ ਗਿਆ, ਕੋਈ ਮਰ ਗਿਆ, ਸਾਨੂੰ ਜਾਣਾ ਪੈਂਦਾ। ਸਾਨੂੰ ਇਹਨੂੰ ਕੋਈ ਕੱਚੇ ਰਸਤੇ ਰਾਹੀਂ ਸਾਨੂੰ ਪਤਾ ਕਿਸ ਤਰ੍ਹਾਂ ਜਾਂਦੇ ਹਾਂ ਅਸੀਂ, ਟੈਕਸੀਆਂ ਵਾਲੇ ਡਬਲ ਪੈਸੇ ਮੰਗਦੇ ਆ ਸਾਡੇ ਤੋਂ, ਉਹ ਮੰਗਣ ਵੀ ਕਿਉਂ ਨਾ, ਕੱਚੇ ਰਸਤੇ ਰਾਹੀਂ ਇਹਨੂੰ ਕੋਈ ਟੁੱਟੇ ਰਸਤੇ ਰਾਹੀਂ ਜਾਣਾ ਪੈਂਦਾ ਉਹਨਾਂ ਨੂੰ। ਦੱਲੇਵਾਲ ਸਾਹਿਬ, ਤੁਹਾਡਾ ਜਿਹੜਾ ਸੰਘਰਸ਼ ਹੈ ਇਹ ਸਹੀ ਨਹੀਂ ਹੈ, ਇਹ ਬੀਜੇਪੀ ਦੇ ਖਿਲਾਫ਼, ਸੈਂਟਰ ਗੌਰਮੈਂਟ ਮੋਦੀ ਦੇ ਖਿਲਾਫ਼ ਨਹੀਂ ਹੈ ਤੁਹਾਡਾ ਸੰਘਰਸ਼, ਇਹ ਜਿਹੜਾ ਤੁਹਾਡਾ ਸੰਘਰਸ਼ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ ਨਹੀਂ ਹੈ, ਇਹ ਸਾਡੇ ਜਿਹੜੇ ਘੱਗਰ ਦਰਿਆ ਦੇ ਨੇੜੇ ਪਿੰਡ ਲੱਗਦੇ ਆ ਉਹਨਾਂ ਦੇ ਖਿਲਾਫ਼ ਹੈ ਤੁਹਾਡਾ ਇਹ ਸੰਘਰਸ਼। ਆ ਦੁਖੀ ਹੋ ਗਏ ਸਾਰੇ ਲੋਕ ਤੁਹਾਡੇ ਸੰਘਰਸ਼ ਤੋਂ, ਜੇ ਇਹ ਰਸਤਾ ਇੱਥੋਂ ਨਹੀਂ ਖੋਲਦੇ ਤੁਸੀਂ 2 ਬੰਦੇ, ਡੱਲੇਵਾਲ ਸਾਹਿਬ, ਪੰਧੇਰ ਸਾਹਿਬ, ਤੁਸੀਂ ਟ੍ਰੇਨ ਦੇ ਉੱਪਰ ਚੜ੍ਹ ਕੇ ਦਿੱਲੀ ਜਾਓ, ਉੱਥੇ ਰਾਮਲੀਲਾ ਗਰਾਊਂਡ 'ਚ ਬੈਠੋ, ਅਸੀਂ ਸਾਰੇ ਲੱਖਾਂ ਲੋਕ ਤੁਹਾਡੇ ਕੋਲ ਉੱਥੇ ਪਹੁੰਚਾਂਗੇ ਤੁਹਾਡੇ ਸੰਘਰਸ਼ ਦੇ ਵਿੱਚ, ਲੇਕਿਨ ਰਸਤਾ ਤੁਹਾਡਾ ਗਲਤ ਹੈ। ਇਹ ਤੁਹਾਡਾ ਸਾਰੇ ਇਹ ਇਲਾਕੇ ਦਾ ਵਿਰੋਧ ਨਹੀਂ ਹੋ ਰਿਹਾ, ਸਾਰੇ ਪਿੰਡ ਜਾਂ ਪੰਜਾਬ ਦਾ ਤੁਹਾਡੇ ਖਿਲਾਫ਼ ਵਿਰੋਧ ਹੈ। 50 ਜਥੇਬੰਦੇ ਬੈਠੀਆਂ, ਉਹ ਤੁਹਾਡੇ ਕੋਲ ਕਿਉਂ ਨਹੀਂ ਆ ਕੇ ਸ਼ਾਮਿਲ ਹੁੰਦੀਆਂ? ਤੁਸੀਂ ਗਲਤ ਹੈ ਇਸ ਟਾਈਮ, ਤੁਹਾਡਾ ਸੰਘਰਸ਼ ਗਲਤ ਹੈ, ਤੁਹਾਡਾ ਸੰਘਰਸ਼ ਪੰਜਾਬ ਦੇ ਲੋਕਾਂ ਦੇ ਖਿਲਾਫ਼ ਹੈ। ਇਹੀ ਕਾਰਨ ਹੈ ਤੁਸੀਂ ਇਹਨੂੰ ਕੋਈ ਪਿੰਡਾਂ ਦੇ ਵਿੱਚ ਜਾ ਕੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਵੜਨ ਵੀ ਨਹੀਂ ਦਿੱਤਾ, ਔਰ ਤਾਂ ਵੀ ਇਹਨੂੰ ਕੋਈ ਬੀਜੇਪੀ ਦੀ ਵੋਟ ਵਧੀ ਹੈ, ਲੋਕਾਂ ਨੇ ਤੁਹਾਡੇ ਵਿਰੋਧ ਦੇ ਵਿੱਚ ਵੋਟ ਪਾਈ ਹੈ ਇਹ ਸਾਰੀ। ਜੇ ਬੀਜੇਪੀ ਦੇ ਖਿਲਾਫ਼ ਤਾਂ ਉੱਥੇ ਦਿੱਲੀ ਜਾਓ, ਪੰਧੇਰ ਸਾਹਿਬ ਉੱਥੇ ਜਾਓ, ਦਿੱਲੀ ਦੋਵੇਂ ਬੰਦੇ ਜਾਓ, ਡੱਲੇਵਾਲ ਸਾਹਿਬ ਤੁਸੀਂ, ਆ ਲੋਕ ਤੁਹਾਡੇ ਗੱਲ ਪੈ ਜਾਣਗੇ। ਨਹੀਂ ਤਾਂ ਸੁਣ ਲਓ, ਲੋਕ ਬਹੁਤ ਦੁਖੀ ਹੋ ਗਏ, ਮੌਤਾਂ ਹੋ ਰਹੀਆਂ ਲੋਕਾਂ ਦੀਆਂ, ਅੰਬਾਲੇ ਸਾਡੇ ਹਸਪਤਾਲ ਹੈ ਸਾਰੇ, ਉੱਥੇ ਜਾਣਾ ਪੈਂਦਾ ਨੇੜੇ ਸਾਨੂੰ, ਉੱਥੇ ਅੱਖਾਂ ਦਿਖਾਣੀਆਂ, ਕਿਸੇ ਨੇ ਬਿਮਾਰੀ ਦਿਖਾਣੀ ਆ, ਕੋਈ ਹਸਪਤਾਲਾਂ ਦੇ ਵਿੱਚ ਲਿੰਕ ਹੈ ਸਾਰਿਆਂ ਦੇ ਵਿੱਚ, ਉੱਥੇ ਜਾਂਦੇ ਆ। ਤੁਸੀਂ ਬਹੁਤ ਗਲਤ ਹੈ, ਤੁਹਾਡਾ ਸੰਘਰਸ਼ ਗਲਤ ਹੈ, ਇਹਨੂੰ ਬਦਲੋ ਰਸਤੇ ਨੂੰ, ਟ੍ਰੇਨ ਦੇ ਵਿੱਚ ਬੈਠ ਕੇ ਜਾਓ ਦਿੱਲੀ ਦੇ ਵਿੱਚ, ਅਸੀਂ ਤੁਹਾਡੀ ਹਮਾਇਤ ਕਰਾਂਗੇ, ਅਸੀਂ ਤੁਹਾਡਾ ਵਿਰੋਧ ਕਰਦੇ ਹਾਂ ਇਸ ਗੱਲ ਦਾ, ਜਿਹੜਾ ਤੁਸੀਂ ਸੰਘਰਸ਼ ਗਲਤ ਛੇੜਿਆ ਹੈਗਾ। ਸ਼ੰਭੂ ਮੋਰਚੇ ਉੱਤੇ ਬੈਠਿਆਂ ਕਿਸਾਨ ਜਥੇਬੰਦੀਆਂ ਨੂੰ ਦਲਿਤ ਆਗੂ ਜੋਗਿੰਦਰ ਪੰਛੀ ਨੇ ਕਿਹਾ ਕਿ ਸਾਨੂੰ ਰਿਸ਼ਤੇਦਾਰੀਆਂ ਦੇ ਵਿੱਚ ਜਾਣਾ ਔਖਾ ਹੋ ਰਿਹਾ ਹੈ, ਧਰਨੇ ਕਰਕੇ ਪੰਜਾਬੀਆਂ ਦਾ ਨੁਕਸਾਨ ਹੋ ਰਿਹਾ ਹੈ। ਮੈਂ ਜੋਗਿੰਦਰ ਸਿੰਘ ਪੰਛੀ ਬੋਲਦਾ, 71 ਜਨਰਲ ਕੱਟ ਗਿਆ ਦਲ ਫਲਾਂ ਪੰਜਾਬ। ਮੈਂ ਬੇਨਤੀ ਕਰਦਾ ਦੱਲਾ ਸਾਹਿਬ ਨੂੰ ਤੇ ਪੰਧੇਰ ਸਾਹਿਬ ਨੂੰ, ਇਹ ਤੁਸੀਂ 3 ਮਹੀਨੇ ਤੋਂ ਉੱਪਰ 4 ਮਹੀਨੇ ਹੋ ਗਏ ਇੱਥੇ ਤੁਹਾਨੂੰ ਘੱਗਰ ਦੇ ਦਰਿਆ ਤੇ ਬੈਠਿਆਂ ਨੂੰ, ਗੱਲ ਸੁਣੋ। ਲੋਕ ਬਹੁਤ ਪਰੇਸ਼ਾਨ ਹੋ ਰਿਹਾ, 100 ਪਿੰਡ ਲੱਗਦਾ ਅੰਬਾਲੇ ਨੂੰ, ਸਾਰੀਆਂ ਰਿਸ਼ਤੇਦਾਰੀਆਂ ਸਾਡੀਆਂ ਅੰਬਾਲੇ ਵਾਲੇ ਪਾਸੇ ਆ ਸਾਰੇ, ਨਰਾਇਣਗੜ੍ਹ, ਅੰਬਾਲਾ, ਜਗਾਧਰੀ, ਸਹਾਰਨਪੁਰ, ਇਹ ਸਾਰੀਆਂ ਰਿਸ਼ਤੇਦਾਰੀਆਂ। ਸਾਨੂੰ ਨਿੱਤ ਕੋਈ ਨਾ ਕੋਈ ਖਬਰ ਆਉਂਦੀ, ਕੋਈ ਜੰਮ ਗਿਆ, ਕੋਈ ਮਰ ਗਿਆ, ਸਾਨੂੰ ਜਾਣਾ ਪੈਂਦਾ। ਸਾਨੂੰ ਇਹਨੂੰ ਕੋਈ ਕੱਚੇ ਰਸਤੇ ਰਾਹੀਂ ਸਾਨੂੰ ਪਤਾ ਕਿਸ ਤਰ੍ਹਾਂ ਜਾਂਦੇ ਹਾਂ ਅਸੀਂ, ਟੈਕਸੀਆਂ ਵਾਲੇ ਡਬਲ ਪੈਸੇ ਮੰਗਦੇ ਆ ਸਾਡੇ ਤੋਂ, ਉਹ ਮੰਗਣ ਵੀ ਕਿਉਂ ਨਾ, ਕੱਚੇ ਰਸਤੇ ਰਾਹੀਂ ਇਹਨੂੰ ਕੋਈ ਟੁੱਟੇ ਰਸਤੇ ਰਾਹੀਂ ਜਾਣਾ ਪੈਂਦਾ ਉਹਨਾਂ ਨੂੰ। ਦੱਲੇਵਾਲ ਸਾਹਿਬ, ਤੁਹਾਡਾ ਜਿਹੜਾ ਸੰਘਰਸ਼ ਹੈ ਇਹ ਸਹੀ ਨਹੀਂ ਹੈ, ਇਹ ਬੀਜੇਪੀ ਦੇ ਖਿਲਾਫ਼, ਸੈਂਟਰ ਗੌਰਮੈਂਟ ਮੋਦੀ ਦੇ ਖਿਲਾਫ਼ ਨਹੀਂ ਹੈ ਤੁਹਾਡਾ ਸੰਘਰਸ਼, ਇਹ
ਇਹ ਜਿਹੜਾ ਤੁਹਾਡਾ ਸੰਘਰਸ਼ ਹੈ ਭਗਵੰਤ ਮਾਨ ਸਰਕਾਰ ਦੇ ਖਿਲਾਫ਼ ਨਹੀਂ ਹੈ, ਇਹ ਸਾਡੇ ਜਿਹੜੇ ਘੱਗਰ ਦਰਿਆ ਦੇ ਨੇੜੇ ਪਿੰਡ ਲੱਗਦੇ ਆ ਉਹਨਾਂ ਦੇ ਖਿਲਾਫ਼ ਹੈ ਤੁਹਾਡਾ ਇਹ ਸੰਘਰਸ਼। ਆ ਦੁਖੀ ਹੋ ਗਏ ਸਾਰੇ ਲੋਕ ਤੁਹਾਡੇ ਸੰਘਰਸ਼ ਤੋਂ। ਜੇ ਇਹ ਰਸਤਾ ਇੱਥੋਂ ਨਹੀਂ ਖੋਲਦੇ, ਤੁਸੀਂ ਦੋ ਬੰਦੇ ਡੱਲੇਵਾਲ ਸਾਹਿਬ, ਪੰਦੇਰ ਸਾਹਿਬ, ਤੁਸੀਂ ਟ੍ਰੇਨ ਦੇ ਉੱਪਰ ਚੜ੍ਹ ਕੇ ਦਿੱਲੀ ਜਾਓ, ਉੱਥੇ ਰਾਮਲੀਲਾ ਗਰਾਊਂਡ 'ਚ ਬੈਠੋ, ਅਸੀਂ ਸਾਰੇ ਲੱਖਾਂ ਲੋਕ ਤੁਹਾਡੇ ਕੋਲ ਉੱਥੇ ਪਹੁੰਚਾਂਗੇ ਤੁਹਾਡੇ ਸੰਘਰਸ਼ ਦੇ ਵਿੱਚ। ਲੇਕਿਨ ਰਸਤਾ ਤੁਹਾਡਾ ਗਲਤ ਹੈ, ਇਹ ਤੁਹਾਡਾ ਸਾਰੇ ਇਹ ਇਲਾਕੇ ਦਾ ਵਿਰੋਧ ਨਹੀਂ ਹੋ ਰਿਹਾ, ਸਾਰੇ ਪਿੰਡ ਜਾਂ ਪੰਜਾਬ ਦਾ ਤੁਹਾਡੇ ਖਿਲਾਫ਼ ਵਿਰੋਧ ਹੈ। 50 ਜਥੇ ਬੰਦੇ ਬੈਠੀਆਂ, ਉਹ ਤੁਹਾਡੇ ਕੋਲ ਕਿਉਂ ਨਹੀਂ ਆ ਕੇ ਸਾਹਮਣੇ ਹੁੰਦੀਆਂ? ਤੁਸੀਂ ਗਲਤ ਹੈ, ਇਸ ਟਾਈਮ ਤੁਹਾਡਾ ਸੰਘਰਸ਼ ਗਲਤ ਹੈ, ਤੁਹਾਡਾ ਸੰਘਰਸ਼ ਪੰਜਾਬ ਦੇ ਲੋਕਾਂ ਦੇ ਖਿਲਾਫ਼ ਹੈ। ਇਹੀ ਕਾਰਨ ਹੈ ਤੁਸੀਂ ਇਨਕੂਆ ਪਿੰਡਾਂ ਦੇ ਵਿੱਚ ਜਾ ਕੇ ਬੀਜੇਪੀ ਦੇ ਕੈਂਡੀਡੇਟਾਂ ਨੂੰ ਵੜਨ ਵੀ ਨਹੀਂ ਦਿੱਤਾ, ਔਰ ਤਾਂ ਵੀ ਇਨਕੂਆ ਬੀਜੇਪੀ ਦੀ ਵੋਟ ਵਧੀ ਹੈ, ਲੋਕਾਂ ਨੇ ਤੁਹਾਡੇ ਵਿਰੋਧ ਦੇ ਵਿੱਚ ਵੋਟ ਪਾਈ ਹੈ ਇਹ ਸਾਰੀ। ਜੇ ਜੇ ਬੀਜੇਪੀ ਦੇ ਖਿਲਾਫ਼ ਤਾਂ ਉੱਥੇ ਦਿੱਲੀ ਜਾਓ, ਅੰਧੇਰ ਸਾਹਿਬ ਉੱਥੇ ਜਾਓ, ਦਿੱਲੀ ਦੋਵੇਂ ਬੰਦੇ ਜਾਓ, ਡੱਲੇਵਾਲ ਸਾਹਿਬ ਤੁਸੀਂ, ਆ ਲੋਕ ਤੁਹਾਡੇ ਗੱਲ ਪੈ ਜਾਣਗੇ। ਨਹੀਂ ਤਾਂ ਸੁਣ ਲਓ, ਲੋਕ ਬਹੁਤ ਦੁਖੀ ਹੋ ਗਏ, ਮੌਤਾਂ ਹੋ ਰਹੀਆਂ ਲੋਕਾਂ ਦੀਆਂ। ਅੰਬਾਲੇ ਸਾਡੇ ਹਸਪਤਾਲ ਹੈ ਸਾਰੇ, ਉੱਥੇ ਜਾਣਾ ਪੈਂਦਾ ਨੇੜੇ ਸਾਨੂੰ, ਉੱਥੇ ਅੱਖਾਂ ਦਿਖਾਣੀਆਂ, ਕਿਸੇ ਨੇ ਬਿਮਾਰੀ ਦਿਖਾਣੀ, ਕੋਈ ਹਸਪਤਾਲਾਂ ਦੇ ਵਿੱਚ ਲਿੰਕ ਹੈ ਸਾਰਿਆਂ ਦੇ ਵਿੱਚ, ਉੱਥੇ ਜਾਂਦੇ ਆ। ਤੁਸੀਂ ਬਹੁਤ ਗਲਤ ਹੈ, ਤੁਹਾਡਾ ਸੰਘਰਸ਼ ਗਲਤ ਹੈ, ਇਹਨੂੰ ਬਦਲੋ ਰਸਤੇ ਨੂੰ। ਟ੍ਰੇਨ ਦੇ ਵਿੱਚ ਬੈਠ ਕੇ ਜਾਓ ਦਿੱਲੀ ਦੇ ਵਿੱਚ, ਅਸੀਂ ਤੁਹਾਡੀ ਹਮਾਇਤ ਕਰਾਂਗੇ, ਅਸੀਂ ਤੁਹਾਡਾ ਵਿਰੋਧ ਕਰਦੇ ਹਾਂ ਇਸ ਗੱਲ ਦਾ, ਜਿਹੜਾ ਤੁਸੀਂ ਸੰਘਰਸ਼ ਗਲਤ ਛੇੜਿਆ ਹੈਗਾ।